ਦੋਸਤੋ, ਆਹ ਤਸਵੀਰ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਪਹਿਲੀ ਨਜ਼ਰ ਵਿੱਚ ਇਹ ਤਸਵੀਰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਤਸਵੀਰ ਹੋਣ ਦਾ ਭੁਲੇਖਾ ਪਾਉਂਦੀ ਹੈ ਕਿ ਜਿਵੇਂ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੋਵੇ, ਪਰ ਅਸਲ ਵਿੱਚ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਹੀਂ ਬਲਕਿ ਉਸ ਚਿੱਤਰਕਾਰ ਦੀ ਤਸਵੀਰ ਹੈ ਜਿਸ ਨੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦਾ ਕਾਲਪਨਿਕ ਰੂਪ ਬਣਾਇਆ ਸੀ, ਚਿੱਤਰਕਾਰ ਸੋਭਾ ਸਿੰਘ। ਅੱਜ ਸਾਡੇ ਘਰਾਂ ਵਿੱਚ ਜਿੰਨੀਆਂ ਵੀ ਸਿੱਖ ਗੁਰੂਆਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਤਸਵੀਰਾਂ ਹਨ, ਉਹ ਪਹਿਲੀ ਵਾਰ ਸੋਭਾ ਸਿੰਘ ਨੇ ਹੀ ਬਣਾਈਆਂ ਸਨ। ਕਹਿੰਦੇ ਹਨ ਕਿ ਜਦੋਂ ਸੋਭਾ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਹ ਤਸਵੀਰ ਬਣਾ ਕੇ ਇਸ ਨੂੰ ਸਿੱਖ ਕੌਮ ਨੂੰ ਸਮਰਪਿਤ ਕਰਨਾ ਸੀ ਤਾਂ ਉਸ ਵਕਤ ਉਸਨੇ ਇੱਕ ਕਾਫ਼ੀ ਵੱਡਾ ਪ੍ਰੋਗਰਾਮ ਕਰਵਾਇਆ। ਦੁਨੀਆ ਭਰ ਦੇ ਸਿੱਖ ਵਿਦਵਾਨਾਂ ਨੂੰ ਇਸ ਤਸਵੀਰ ਦੀ ਘੁੰਡ ਚੁਕਾਈ ਵਾਸਤੇ ਬੁਲਾਇਆ ਗਿਆ, ਜਿਨ੍ਹਾਂ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਵੀ ਆਏ ਸਨ। ਜਦੋਂ ਸੋਭਾ ਸਿੰਘ ਨੇ ਤਸਵੀਰ ਤੋਂ ਪਰਦਾ ਹਟਾਇਆ ਤਾਂ ਗੁਰੂ ਨਾਨਕ ਦੇਵ ਜੀ ਦੀ ਇਹ ਤਸਵੀਰ ਦੇਖ ਕੇ ਭਾਈ ਵੀਰ ਸਿੰਘ ਗੁੱਸੇ ਨਾਲ ਭਰ ਗਏ ਅਤੇ ਉਹਨਾਂ ਸੋਭਾ ਸਿੰਘ ਨੂੰ ਕਿਹਾ ਕਿ ਇਹੋ ਜਿਹਾ ਨਹੀਂ ਸੀ ਮੇਰਾ ਬਾਬਾ ਨਾਨਕ। ਭਾਈ ਵੀਰ ਸਿੰਘ ਉਸੇ ਵਕਤ ਉਸ ਪ੍ਰੋਗਰਾਮ ਵਿੱਚੋਂ ਚਲੇ ਗਏ। ਉਸ ਵਕਤ ਸੋਭਾ ਸਿੰਘ ਵੀ ਪੂਰਾ ਮਸ਼ਹੂਰ ਸੀ, ਪਰ ਭਾਈ ਵੀਰ ਸਿੰਘ ਨੇ ਸੋਭਾ ਸਿੰਘ ਨੂੰ ਇਸ ਗਲਤੀ ਕਰਕੇ ਫਿਰ ਕਦੇ ਸਾਰੀ ਉਮਰ ਬੁਲਾਇਆ ਤੱਕ ਨਹੀਂ ਸੀ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਚਿੱਤਰਕਾਰ ਸੋਭਾ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੂ-ਬਹੂ ਆਪਣੇ ਵਰਗੀ ਹੀ ਬਣਾ ਦਿੱਤੀ। ਸਾਰੇ ਨੈਣ ਨਕਸ਼ ਸੋਭਾ ਸਿੰਘ ਦੀ ਤਸਵੀਰ ਨਾਲ ਹੀ ਮਿਲਦੇ ਹਨ। ਅਸਲ ਵਿੱਚ ਉਸਨੇ ਆਪਣੀ ਤਸਵੀਰ ਵਿੱਚ ਹੀ ਥੋੜ੍ਹਾ ਬਹੁਤਾ ਫੇਰ ਬਦਲ ਕਰਕੇ ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਦੱਸਿਆ, ਜਿਸ ਨੂੰ ਅੱਜ ਹਰ ਇੱਕ ਸਿੱਖ ਆਪਣੇ ਘਰ ਵਿੱਚ ਲਗਾ ਕੇ ਬੈਠਾ ਹੈ। ਇਹ ਤਸਵੀਰ 1934 ਦੇ ਕਰੀਬ ਸਨ ਵਿੱਚ ਬਣਾਈ ਗਈ। ਉਸ ਚਿੱਤਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਮਹਾਰਾਜ ਦੀ ਇਸ ਤਸਵੀਰ ਵਿੱਚ ਆਪਣੇ ਵੱਲੋਂ ਹੀ ਹੋਰ ਬਹੁਤ ਸਾਰੀਆਂ ਚੀਜ਼ਾਂ ਜੋੜੀਆਂ ਗਈਆਂ ਜੋ ਕਿ ਸਿੱਖ ਧਰਮ ਦੇ ਬਿਲਕੁਲ ਖਿਲਾਫ ਸਨ। ਗੁਰੂ ਪਾਤਸ਼ਾਹ ਦੇ ਹੱਥ ਵਿੱਚ ਮਾਲਾ ਦਿਖਾਈ ਗਈ, ਪਰ ਪਹਿਲੇ ਪਾਤਸ਼ਾਹ ਨੇ ਸਾਰੀ ਉਮਰ ਹੀ ਇਹਨਾਂ ਕਰਮ ਕਾਂਡਾਂ ਨੂੰ ਛੱਡਣ ਦਾ ਉਪਦੇਸ਼ ਦਿੱਤਾ ਸੀ। ਸੋਭਾ ਸਿੰਘ ਵੱਲੋਂ ਹੋਰ ਗੁਰੂ ਸਾਹਿਬਾਨਾਂ ਦੀਆਂ ਵੀ ਤਸਵੀਰਾਂ ਬਣਾਈਆਂ ਗਈਆਂ। ਉਸ ਵੇਲੇ ਤੋਂ ਹੀ ਸਿੱਖਾਂ ਨੂੰ ਮੂਰਤੀ ਪੂਜਣ ਅਤੇ ਬੁੱਤ ਪ੍ਰਸਤੀ ਵੱਲ ਧੱਕਿਆ ਗਿਆ। ਅੱਜ ਤੁਸੀਂ ਬਹੁਤੇ ਸਿੱਖਾਂ ਨੂੰ ਦੇਖੋਗੇ ਕਿ ਉਹ ਇਸ ਤਸਵੀਰ ਦੇ ਉੱਤੇ ਫੁੱਲਾਂ ਦਾ ਹਾਰ ਪਾਉਂਦੇ ਹਨ, ਇਹਨਾਂ ਤਸਵੀਰਾਂ ਨੂੰ ਮੱਥੇ ਟੇਕਦੇ ਹਨ, ਇਹਨਾਂ ਤਸਵੀਰਾਂ ਅੱਗੇ ਧੂਪਾਂ ਅਗਰਬੱਤੀਆਂ ਜਗਾਉਂਦੇ ਹਨ। ਸਿੱਖ ਧਰਮ ਵਾਂਗ ਮੁਸਲਮਾਨ ਧਰਮ ਵਿੱਚ ਵੀ ਮੂਰਤੀ ਪੂਜਣ ਦੀ ਮਨਾਹੀ ਹੈ, ਪਰ ਮੁਸਲਮਾਨ ਅੱਜ ਤੱਕ ਆਪਣੇ ਇਸ ਸਿਧਾਂਤ ਨੂੰ ਬੜੀ ਦ੍ਰਿੜਤਾ ਨਾਲ ਨਿਭਾ ਰਹੇ ਹਨ। ਅੱਜ ਤੱਕ ਤੁਹਾਨੂੰ ਮੁਸਲਿਮ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਕੋਈ ਵੀ ਤਸਵੀਰ ਨਹੀਂ ਦਿਖੇਗੀ। ਪਿਛਲੇ ਸਮੇਂ ਦੌਰਾਨ ਇੱਕ ਵਾਰ ਇੰਗਲੈਂਡ ਦੀ ਇੱਕ ਅਖਬਾਰ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਕਾਰਟੂਨ ਬਣਾ ਕੇ ਅਖਬਾਰ ਵਿੱਚ ਛਾਪ ਦਿੱਤਾ ਸੀ। ਉਸ ਵਕਤ ਫਿਰ ਪੂਰੀ ਦੁਨੀਆ ਦੀ ਪੂਰੀ ਮੁਸਲਿਮ ਕੌਮ ਮਰਨ ਮਰਾਉਣ ਤੱਕ ਉੱਤਰ ਆਈ ਅਤੇ ਅਖੀਰ ਫਿਰ ਇੰਗਲੈਂਡ ਦੀ ਸਰਕਾਰ ਨੂੰ ਉਸ ਅਖਬਾਰ ਨੂੰ ਬੈਨ ਕਰਨਾ ਪਿਆ ਸੀ। ਇਸੇ ਤਰ੍ਹਾਂ ਇੱਕ ਫਰਾਂਸ ਦੀ ਅਖਬਾਰ ਨੇ ਵੀ ਇੱਦਾਂ ਹੀ ਕੀਤਾ, ਜਿਸ 'ਤੇ ਪੂਰੀ ਮੁਸਲਿਮ ਕੌਮ ਹੀ ਭੜਕ ਉੱਠੀ ਅਤੇ ਕੁਝ ਦਿਨਾਂ ਬਾਅਦ ਹੀ ਅਖਬਾਰ ਦੇ ਐਡੀਟਰ ਦਾ ਕਤਲ ਕਰ ਦਿੱਤਾ ਗਿਆ ਸੀ। ਈਸਾਈ ਧਰਮ ਵਿੱਚ ਵੀ ਅਜਿਹਾ ਇੱਕ ਵਾਰ ਹੋਇਆ ਸੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਆਪਣੀ ਮਰਜ਼ੀ ਦੇ ਨਾਲ ਯਿਸੂ ਮਸੀਹ ਦੀਆਂ ਤਸਵੀਰਾਂ ਬਣਾ ਰਹੇ ਸਨ। ਇਹ ਦੇਖਦੇ ਹੋਏ ਉਸ ਵਕਤ ਈਸਾਈਆਂ ਦੇ ਸਭ ਤੋਂ ਵੱਡੇ ਧਾਰਮਿਕ ਆਗੂ ਪੋਪ ਨੇ ਪੂਰੀ ਦੁਨੀਆ ਦੇ ਈਸਾਈ ਆਗੂਆਂ ਦੀ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਦੁਨੀਆ ਦੇ ਬਿਹਤਰੀਨ ਚਿੱਤਰਕਾਰ ਵੀ ਬੁਲਾਏ ਗਏ ਅਤੇ ਉਹਨਾਂ ਨੂੰ 3 ਤਸਵੀਰਾਂ ਬਣਾਉਣ ਲਈ ਕਿਹਾ ਗਿਆ, ਜਿਹੜੀ ਪਹਿਲੀ ਤਸਵੀਰ ਯਿਸੂ ਦੇ ਮਸੀਹ ਦੇ ਬਚਪਨ ਦੀ ਬਣਾਈ ਗਈ ਆਪਣੀ ਮਾਂ ਮਰੀਅਮ ਦੀ ਗੋਦ ਵਿੱਚ ਖੇਡਦੇ ਹੋਏ ਦੀ, ਦੂਜੀ ਤਸਵੀਰ ਜਵਾਨੀ ਦੀ ਅਤੇ ਤੀਜੀ ਤਸਵੀਰ ਸੂਲੀ 'ਤੇ ਲਟਕਦਿਆਂ ਦੀ।
ਇਸ ਤੋਂ ਬਾਅਦ ਪੌਪ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹਨਾਂ ਤਿੰਨ ਤਸਵੀਰਾਂ ਤੋਂ ਬਿਨਾਂ ਸਾਨੂੰ ਕੋਈ ਹੋਰ ਕੋਈ ਵੀ ਫੋਟੋ ਪ੍ਰਵਾਹ ਨਹੀਂ ਹੋਵੇਗੀ। ਮਤਲਬ ਕਿ ਉਹਨਾਂ ਨੇ ਇਸ ਕੁਰੀਤੀ ਨੂੰ ਠੱਲ ਪਾ ਲਈ। ਪਰ ਦੂਜੇ ਪਾਸੇ ਸਾਡੀ ਸਿੱਖ ਕੌਮ ਹੈ। ਜਦੋਂ ਚਿੱਤਰਕਾਰ ਸੋਭਾ ਸਿੰਘ ਵੱਲੋਂ ਇੱਕ ਵਾਰ ਇਹ ਖੇਡ ਸ਼ੁਰੂ ਕਰ ਦਿੱਤੀ ਗਈ ਤਾਂ ਫਿਰ ਲਗਾਤਾਰ ਇਹ ਸਿਲਸਿਲਾ ਚੱਲਦਾ ਹੀ ਰਿਹਾ। ਅੱਜ ਸਾਡੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਿਨਾਂ ਕਿਸੇ ਰੋਕ ਟੋਕ ਤੇ ਬਣਾਈਆਂ ਜਾ ਰਹੀਆਂ ਹਨ। ਜਿਸ ਦਾ ਜਿਵੇਂ ਦਿਲ ਕਰਦਾ ਉਸੇ ਤਰੀਕੇ ਨਾਲ ਉਹ ਆਪਣੀ ਮਰਜ਼ੀ ਅਨੁਸਾਰ ਛੇੜਛਾੜ ਕਰ ਰਿਹਾ। ਕਿਸੇ ਵੱਲੋਂ ਗੁਰੂ ਸਾਹਿਬਾਨਾਂ ਦੇ ਟੋਪੀ ਪਹਿਨਾ ਦਿੱਤੀ ਜਾਂਦੀ ਹੈ ਅਤੇ ਕਦੇ ਕਿਸੇ ਵੱਲੋਂ ਆਪਣੀ ਬਣਾਵਟੀ ਪੱਗ ਬਣਾ ਦਿੱਤੀ ਜਾਂਦੀ ਹੈ। ਕੋਈ ਵੀ ਕਿਸੇ ਨੂੰ ਰੋਕ ਨਹੀਂ ਰਿਹਾ, ਨਾ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਇਸ ਚੀਜ਼ 'ਤੇ ਠੱਲ ਪਾ ਰਹੀਆਂ ਹਨ। ਅੱਜ ਤੋਂ ਕਾਫੀ ਸਾਲ ਪਹਿਲਾਂ ਇੱਕ ਵਾਰ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਚਿੱਤਰਕਾਰੀ ਦਾ ਮੁਕਾਬਲਾ ਹੋਇਆ ਸੀ ਜਿੱਥੇ ਵਿਸ਼ਾ ਰੱਖਿਆ ਗਿਆ ਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਿਹਤਰੀਨ ਤਸਵੀਰ ਬਣਾਉਣ ਦਾ। ਇਸ ਮੁਕਾਬਲੇ ਵਿੱਚ ਪਹਿਲੇ ਸਥਾਨ 'ਤੇ ਰਹੇ ਸਨ ਸਰਦਾਰ ਜਸਵੰਤ ਸਿੰਘ। ਜਦੋਂ ਨਤੀਜਾ ਆਇਆ, ਫੋਟੋ ਵੇਖ ਕੇ ਸਾਰੇ ਹੀ ਹੈਰਾਨ ਰਹਿ ਗਏ ਸਨ। ਇਸ ਚਿੱਤਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰਫ ਚਰਨਾਂ ਦੀ ਤਸਵੀਰ ਬਣਾਈ ਸੀ। ਸਾਰੇ ਉਸ ਨੂੰ ਪੁੱਛਣ ਲੱਗੇ ਕਿ ਇਹ ਤੂੰ ਕੀ ਕੀਤਾ, ਤਾਂ ਉਸ ਚਿੱਤਰਕਾਰ ਨੇ ਇੱਕ ਕਿੱਸਾ ਸੁਣਾਇਆ। ਚਿੱਤਰਕਾਰ ਕਹਿਣ ਲੱਗਾ ਕਿ ਜਿਸ ਵੇਲੇ ਪੰਜਾਬ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਸ ਵਕਤ ਰੋਪੜ ਦੇ ਇਲਾਕੇ ਨੂੰ ਲੈ ਕੇ ਇੱਕ ਵਾਰ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇੱਕ ਸੰਧੀ 'ਤੇ ਗੱਲਬਾਤ ਹੋ ਰਹੀ ਸੀ। ਸਿੱਖ ਰਾਜ ਵੱਲੋਂ ਸਰਦਾਰ ਹਰੀ ਸਿੰਘ ਨਲੂਆ, ਬਾਬਾ ਨਿਧਾਨ ਸਿੰਘ ਪੰਜ ਹੱਥਾਂ ਅਤੇ ਫਕੀਰ ਅਜੀਜੂ ਦੀਨ ਅਗਵਾਈ ਕਰ ਰਹੇ ਸਨ ਅਤੇ ਉੱਧਰ ਅੰਗਰੇਜ਼ਾਂ ਵੱਲੋਂ ਜਨਰਲ ਵਿਲੀਅਮ ਬੈਟਨ ਆਇਆ ਸੀ। ਇਹ ਗੱਲਬਾਤ ਸ਼ਿਮਲਾ ਵਿੱਚ ਦੋਹਾਂ ਧਿਰਾਂ ਵਿਚਕਾਰ ਹੋ ਰਹੀ ਸੀ। ਮੀਟਿੰਗ ਚੱਲਦੀ ਨੂੰ ਕਈ ਦਿਨ ਬੀਤ ਗਏ ਸਨ ਤਾਂ ਇਸੇ ਦੌਰਾਨ ਅੰਗਰੇਜ਼ ਅਫਸਰ ਵਿਲੀਅਮ ਬੈਟਨ ਸਿੱਖ ਆਗੂਆਂ ਨਾਲ ਕਾਫ਼ੀ ਘੁਲ ਮਿਲ ਗਿਆ। ਇਸੇ ਦੌਰਾਨ ਉਸ ਅੰਗਰੇਜ਼ ਅਫਸਰ ਨੇ ਇੱਕ ਦਿਨ ਫਕੀਰ ਅਜੀਜੂ ਦੀਨ ਨੂੰ ਇੱਕ ਟਿੱਚਰ ਕੀਤੀ ਕਿ ਮੈਂ ਸੁਣਿਆ ਤੁਹਾਡਾ ਰਾਜਾ ਕਾਣਾ ਹੈ, ਉਹਦੀ ਕਿਹੜੀ ਅੱਖ ਕਾਣੀ ਹੈ, ਸੱਜੀ ਜਾਂ ਫਿਰ ਖੱਬੀ, ਤੁਸੀਂ ਮੈਨੂੰ ਦੱਸੋ। ਗੋਰੇ ਦੀ ਇਸ ਟਿੱਚਰ ਦਾ ਜੋ ਜਵਾਬ ਫਕੀਰ ਅਜੀਜੂਦੀਨ ਸਾਹਿਬ ਵੱਲੋਂ ਦਿੱਤਾ ਗਿਆ ਉਹ ਸੁਣ ਕੇ ਗੋਰਾ ਅਫਸਰ ਸੁੰਨ ਹੋ ਗਿਆ ਸੀ। ਫਕੀਰ ਅਜੀਜੂਦੀਨ ਕਹਿੰਦੇ ਕਿ ਮੈਂ ਕਈ ਸਾਲਾਂ ਤੋਂ ਆਪਣੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੰਮ ਕਰ ਰਿਹਾ ਹਾਂ। ਉਹ ਮੈਨੂੰ ਆਪਣੇ ਹਰ ਦਰਬਾਰ ਵਿੱਚ ਬੁਲਾਉਂਦੇ ਹਨ, ਹਰ ਗੱਲਬਾਤ ਬਾਰੇ ਉਹ ਮੇਰੇ ਕੋਲੋਂ ਸਲਾਹ ਲੈਂਦੇ ਹਨ, ਪਰ ਮੇਰੇ ਮਾਲਕ ਮਹਾਰਾਜਾ ਰਣਜੀਤ ਸਿੰਘ ਦਾ ਰੁਤਬਾ ਅਤੇ ਸ਼ਖਸੀਅਤ ਇੰਨੀ ਮਹਾਨ ਹੈ ਕਿ ਮੈਂ ਉਹਨਾਂ ਦੇ ਚਿਹਰੇ ਵੱਲ ਦੇਖਣ ਦੀ ਕਦੇ ਵੀ ਹਮਾਕਤ ਨਹੀਂ ਕਰ ਸਕਦਾ। ਮੈਂ ਹਰ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਨੀਵੀਂ ਪਾ ਕੇ ਰੱਖਦਾ ਹਾਂ, ਮੈਂ ਕਦੇ ਵੀ ਉਹਨਾਂ ਦੇ ਨੂਰਾਨੀ ਚਿਹਰੇ ਵੱਲ ਨਹੀਂ ਦੇਖ ਸਕਿਆ। ਇਹ ਸੁਣ ਸਾਰੇ ਸੁੰਨ ਹੋ ਗਏ ਸਨ ਅਤੇ ਚਿੱਤਰਕਾਰ ਨੇ ਕਿਹਾ ਕਿ ਜੇਕਰ ਸਿੱਖਾਂ ਦੇ ਰਾਜੇ ਲਈ ਉਸਦੀ ਪਰਜਾ ਉਸਦੇ ਵਜ਼ੀਰ ਇਵੇਂ ਦੀ ਸੋਚ ਰੱਖਦੇ ਹਨ ਤਾਂ ਫਿਰ ਗੁਰੂ ਨਾਨਕ ਦੇਵ ਜੀ ਤਾਂ ਜਗਤ ਗੁਰੂ ਹਨ, ਅਸੀਂ ਉਹਨਾਂ ਦੇ ਨੂਰਾਨੀ ਚਿਹਰੇ ਵੱਲ ਕਿਵੇਂ ਵੇਖ ਸਕਦੇ ਹਾਂ, ਅਸੀਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ਮਾਨ ਮੁਖੜੇ ਦੀ ਕਲਪਨਾ ਕਿਵੇਂ ਕਰ ਸਕਦੇ ਹਾਂ। ਨਾਲ ਹੀ ਇਸ ਚਿੱਤਰਕਾਰ ਨੇ ਤਸਵੀਰ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅੱਟੀਆਂ ਪਾਟੀਆਂ ਹੋਈਆਂ ਵਿਖਾਈਆਂ ਸਨ ਜਿਨ੍ਹਾਂ ਵਿੱਚੋਂ ਖੂਨ ਸਿੰਮ ਰਿਹਾ ਸੀ। ਜਦੋਂ ਇਸ ਬਾਰੇ ਉਸਨੂੰ ਸਾਰਿਆਂ ਨੇ ਪੁੱਛਿਆ ਤਾਂ ਚਿੱਤਰਕਾਰ ਕਹਿੰਦਾ ਕਿ ਮੇਰੇ ਗੁਰੂ ਨਾਨਕ ਨੇ ਪੂਰੀ ਦੁਨੀਆਂ ਨੂੰ ਤੁਰ ਕੇ ਹੀ ਜਾ ਕੇ ਉਪਦੇਸ਼ ਦਿੱਤਾ ਸੀ। ਜਿਸ ਗੁਰੂ ਨੇ ਅਧੇੜ ਉਮਰ ਵਿੱਚ ਆਪਣੇ ਹੱਥੀਂ ਆਪ ਖੇਤੀ ਕੀਤੀ ਅਤੇ ਉਪਦੇਸ਼ ਦਿੱਤਾ, ਉਸ ਗੁਰੂ ਦੇ ਪੈਰ ਮੁਲਾਇਮ ਅਤੇ ਗੋਰੇ ਚਿੱਟੇ ਕਿਵੇਂ ਹੋਣਗੇ। ਉਸ ਵਕਤ ਫਿਰ ਉਸ ਮੁਕਾਬਲੇ ਦੇ ਪੰਜ ਜੱਜਾਂ ਨੇ ਸਹਿਮਤੀ ਕਰਕੇ ਇਸ ਤਸਵੀਰ ਨੂੰ ਸਭ ਤੋਂ ਬਿਹਤਰੀਨ ਤਸਵੀਰ ਦਾ ਅਵਾਰਡ ਦਿੱਤਾ ਸੀ। ਕਾਸ਼ ਕਿਤੇ ਅੱਜ ਇਹੋ ਜਿਹੀ ਸੋਚ ਅੱਜ ਸਾਡੀ ਵੀ ਹੋਵੇ। ਸੋਭਾ ਸਿੰਘ ਵੱਲੋਂ ਬਣਾਈ ਤਸਵੀਰ ਸਿੱਖਾਂ ਦੇ ਮਨਾਂ ਵਿੱਚ
ਇੰਨੀ ਘਰ ਕਰ ਚੁੱਕੀ ਹੈ ਕਿ ਅੱਜ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਰੌਲਾ ਪਾਈ ਜਾਵੇ। ਇਹ ਤਾਂ ਇੱਕ ਬੜੀ ਛੋਟੀ ਜਿਹੀ ਮਿਲਾਵਟ ਹੈ ਸਾਡੇ ਸਿੱਖ ਧਰਮ ਵਿੱਚ। ਇਸ ਤੋਂ ਇਲਾਵਾ ਸਮੇਂ ਸਮੇਂ 'ਤੇ ਵੱਖ ਵੱਖ ਲੋਕਾਂ ਵੱਲੋਂ, ਵੱਖ ਵੱਖ ਹੁਕਮਰਾਨਾਂ ਵੱਲੋਂ ਵੱਡੀਆਂ ਮਿਲਾਵਟਾਂ ਸਿੱਖ ਧਰਮ ਵਿੱਚ ਕੀਤੀਆਂ ਗਈਆਂ ਹਨ। ਅੱਜ ਸਾਨੂੰ ਜੇ ਲੋੜ ਹੈ ਉਹ ਹੈ ਇਹਨਾਂ ਮਿਲਾਵਟਾਂ ਨੂੰ ਪਛਾਣਨ ਦੀ। ਸੋ ਦੋਸਤੋ, ਇਹ ਸੀ ਅੱਜ ਦਾ ਵਿਸ਼ਾ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।